आफ्टर लॉन्ग टाइम कुछ साल बाद मिल रहे हैं तो बहुत बढ़िया लग रहा है. कल रिलीज हो रही है अपनी फिल्म लॉन्ग लैच. बीच तो नहीं आ रही पहले तो मैं नीरू बाजवा थी अपनी नीरू बाजवा बाकी मैं इधर बात कर दिया माइक अमरीश जी. सशील सर थैंक यू सो मच जी फॉर कमिंग. सवाल ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ ਅਤੇ ਸਾਰੇ ਮੀਡੀਆ ਦਾ ਮੈਂ ਬਹੁਤ ਬਹੁਤ ਥੈਂਕ ਯੂ ਕਰਦਾ ਜੀ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਤੁਸੀਂ ਪਹੁੰਚੋ. ਮੈਂ ਤਾਂ ਖੈਰ ਰੋਜ਼ ਹੀ ਆ ਜਾਂਦਾ ਦੋ ਚਾਰ ਪਿਛਲੇ ਹਫ਼ਤਾ ਨੂੰ ਮਿਲ ਕੇ ਗਿਆ ਮੈਂ ਫਿਰ ਆ ਗਿਆ ਅਤੇ ਮੇਰੇ ਖਿਆਲ ਇੱਕ ਦੋ ਵੀਕਾਂ ਬਾਅਦ ਸ਼ਾਇਦ ਫਿਰ ਲਾਉਣਾ ਪਵੇਗਾ. ਅਤੇ ਵਮਨ ਤੇਜਸ ਨੂੰ ਬਹੁਤ ਬਹੁਤ ਵਧਾਈਆਂ ਜਿਹੜਾ 365 ਦਿਨਾਂ ਦੇ ਵਿੱਚੋਂ ਇੱਕ ਦਿਨ ਲੇਡੀਜ਼ ਵਾਸਤੇ ਰੱਖਿਆ ਗਿਆ ਉਹਦੀਆਂ ਤੁਹਾਨੂੰ ਬੜੀਆਂ ਬੜੀਆਂ ਵਧਾਈਆਂ. ਅਤੇ ਬਹੁਤ ਨਿਰਾਸ਼ ਆ ਜੀ ਮੈਂ 364 ਦਿਨਾਂ ਵਾਸਤੇ ਇੱਕ ਦਿਨ ਦੀਆਂ ਤੁਹਾਨੂੰ ਬੜੀਆਂ ਬੜੀਆਂ ਵਧਾਈਆਂ. ਚਾਹ ਚੜਾ ਕੇ ਰੱਖੋ ਅੱਜ ਅੱਜ ਦਿਨ ਕੱਲ੍ਹ ਨੂੰ ਤਾਂ ਫਿਰ ਤੁਹਾਡਾ ਦਿਨ ਹੈ ਨਹੀਂ. ਸੋ ਫਿਲਮ ਹੈ ਜੀ ਕੱਲ੍ਹ ਨੂੰ ਰਿਲੀਜ਼ ਹੋ ਜਾਣੀ ਲੌਂਗ ਲੰਚ ਜੀ. ਚੰਡੀਗੜ੍ਹ ਦੀ ਵਾਰੀ ਅਖੀਰ 'ਚ ਆਉਂਦੀ ਹਮੇਸ਼ਾ ਪ੍ਰੈਸ ਕਾਨਫਰੰਸ ਲਾਸਟ ਵਾਲੇ ਚੰਡੀਗੜ੍ਹ ਦੇ ਵਿੱਚ ਹੁੰਦੀ ਹੈ ਅਤੇ ਉਦੋਂ ਤੱਕ ਅਸੀਂ ਵਾਹ ਪ੍ਰੈਕਟਿਸ ਕਰਦੇ ਹਾਂ ਤਾਂ ਕਰਕੇ ਇੱਥੇ ਗੱਲਾਂ ਵਧੀਆ ਹੁੰਦੀਆਂ ਸਰ. ਸੋ ਫਿਲਮ ਤੁਸੀਂ ਟ੍ਰੇਲਰ ਵੇਖਿਆ ਸਾਰਿਆਂ ਨੇ ਅਤੇ ਇੱਕ ਬੜੀ ਕਿਊਟ ਜੀ ਲਵ ਸਟੋਰੀ ਹੈ ਜੀ ਰੋਮਾਂਟਿਕ ਲਵ ਸਟੋਰੀ ਹੈ. ਬੜੀ ਬਾਕਮਾਲ ਫਿਲਮ ਲਿਖੀ ਹੈ ਭਾਜੀ ਨੇ ਅਤੇ ਬੜੀ ਬਾਗਮਾ ਡਾਇਰੈਕਸ਼ਨ ਅਤੇ ਐਕਟਿੰਗ ਤੁਸੀਂ ਦੇਖੀ ਹੈ ਟਵਿੱਟਰ ਦੇ ਵਿੱਚ ਅਤੇ ਨੀਰੂ ਜੀ ਸੁਪੋਰ ਅਤੇ ਨਾਲ ਸਾਡੇ ਸਾਰੇ ਸਾਹਿਬ ਬੈਠੇ ਨੇ ਸਾਨੀ ਸਾਹਿਬ ਦਾ ਬਹੁਤ ਬਹੁਤ ਥੈਂਕ ਯੂ. ਅਤੇ ਵਰਲਡ ਵਾਈਡ ਡਿਸਟ੍ਰੀਬਿਊਟ ਕਰਦੇ ਪਏ ਨੇ ਸਾਨੀ ਸਾਹਿਬ ਸਾਨੂੰ ਪੈਸੇ ਵੀ ਦਿੱਤੇ ਇਹਨਾਂ ਨੇ ਅਤੇ ਸਾਨੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ. ਸੋ ਫਿਲਮ ਇੱਕ ਰੋਮੈਂਟਿਕ ਕਾਮੇਡੀ ਤੁਸੀਂ ਟ੍ਰੇਲਰ ਦੇ ਵਿੱਚ ਦੇਖਿਆ ਅਤੇ ਮੇਰਾ ਇੱਕ ਜਿੰਨੇ ਵੀ ਦੂਜੀਆਂ ਮੇਰੀਆਂ ਫਿਲਮਾਂ ਆਈਆਂ ਨੇ ਉਹਨਾਂ ਨਾਲ ਥੋੜ੍ਹਾ ਜਿਹਾ ਵੱਖਰਾ ਰੋਲ ਹੈ ਜਿਹਦੇ ਵਿੱਚ ਥੋੜ੍ਹਾ ਡਿਫਰੈਂਟ ਆ ਉਹਨਾਂ ਨਾਲ. ਅਤੇ ਅਸੀਂ ਦੋ ਫਿਲਮ ਦੇ ਹੀਰੋ ਹਾਂ ਪਿਛਲੇ 3 ਦਿਨਾਂ 'ਚ ਤਾਂ ਮੈਂ ਹੀ ਕਹਿ ਰਿਹਾ ਵੀ ਭਾਜੀ ਲੀਡ ਹੀਰੋ ਨੇ ਅਤੇ ਭਾਜੀ ਫਿਰ ਕੱਲ੍ਹ ਵੀ ਔਖੇ ਭਾਰੇ ਹੋਏਗਾ ਅਤੇ ਤੂੰ ਵੀ ਤਾਂ ਬਰਾਬਰ ਹੀ ਆ ਮੈਂ ਵੀ ਹੁਣ ਬਰਾਬਰ ਹੀ ਹਾਂ ਜੀ. ਅਤੇ ਤੁਹਾਨੂੰ ਫਿਲਮ ਜ਼ਰੂਰ ਪਸੰਦ ਆਊਗੀ. ਮਿਊਜ਼ਿਕ ਤੁਸੀਂ ਸਾਰਿਆਂ ਨੇ ਸੁਣਿਆ ਲੌਂਗ ਲੱਚੀ ਟਾਈਟਲ ਟਰੈਕ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਸੀਂ ਸਾਰਿਆਂ ਨੇ. ਉਮੀਦ ਕਰਦੇ ਹਾਂ ਤੁਸੀਂ ਕੱਲ੍ਹ ਨੂੰ ਜ਼ਰੂਰ ਫਿਲਮ ਦੇਖਣ ਜਾਓਗੇ ਅਤੇ ਆਪਣੀ ਰਿਵਿਊ ਸਾਨੂੰ ਜ਼ਰੂਰ ਦਿਓਗੇ. ਥੈਂਕ ਯੂ ਸੋ ਮਚ ਜੀ ਅਤੇ ਹੁਣ ਸਾਨੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ. ਹਰ ਫਿਲਮ ਸਪੈਸ਼ਲ ਹੁੰਦੀ ਹੈ ਜੀ ਬਟ ਆਈ ਥਿੰਕ ਅੰਗਰੇਜ਼ ਇੱਕ ਇੱਦਾਂ ਦੀ ਫਿਲਮ ਸੀ ਜਿਹਨੇ ਟ੍ਰੈਂਡ ਚੇਂਜ ਕੀਤਾ ਸੀ ਪੰਜਾਬੀ ਸਿਨੇਮੇ ਦਾ. ਸੋ ਅੰਗਰੇਜ਼ ਤੋਂ ਲੈ ਕੇ ਹੁਣ ਤੱਕ ਅਮਰਦੀਪ ਭਾਜੀ ਦੀ ਜਿਹੜੀ ਜਰਨੀ ਹੈ ਔਰ ਉਸ ਜਰਨੀ ਜਿੰਨੀ ਮਿਹਨਤ ਜਿੰਨਾ ਨਿਖਾਰਾ ਆਈ ਥਿੰਕ ਉਹ ਸਾਰਾ ਲੌਂਗ ਲੱਚੀ ਜਿਹਨਾਂ ਨੇ ਲਿਆ ਕੇ ਇੱਕ ਜਗ੍ਹਾ 'ਤੇ ਇਕੱਠਾ ਕਰਤਾ ਤਾਂ ਕਿ ਆਡੀਅੰਸ ਨੂੰ ਸਿਨੇਮਾ 'ਚ ਆ ਕੇ ਲੱਗੇ ਕਿ ਯਾਰ ਵਾਕਈ ਪੰਜਾਬੀ ਸਿਨੇਮਾ ਉਸ ਲੈਵਲ 'ਤੇ ਪਹੁੰਚ ਗਿਆ ਕਿ ਜਦੋਂ ਸਾਨੂੰ ਹਿੰਦੀ ਫਿਲਮਾਂ ਦੀ ਜਗ੍ਹਾ ਪੰਜਾਬੀ ਫਿਲਮਾਂ ਪ੍ਰੈਫਰ ਕਰਨੀਆਂ ਚਾਹੀਦੀਆਂ. ਸੋ ਥੈਂਕ ਯੂ ਪੂਰੀ ਟੀਮ ਨੂੰ ਲੌਂਗ ਲੱਚੀ ਦੀ ਮੇਰੇ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਵੀ ਮੈਂ ਥੈਂਕ ਯੂ ਕਹਿ ਦਿੰਦਾ ਇਹਨਾਂ ਨੂੰ ਕਿ ਇੰਨਾ ਬਿਊਟੀਫੁਲ ਸਿਨੇਮਾ ਇਹਨਾਂ ਨੇ ਸੋਚਿਆ ਔਰ ਇੰਨਾ ਬਿਊਟੀਫੁਲ ਸਿਨੇਮਾ ਕੱਲ੍ਹ ਤੁਹਾਡੇ ਸਾਰਿਆਂ ਲਈ ਥੀਏਟਰ 'ਚ ਲੈ ਕੇ ਆ ਰਿਹਾ. ਥੈਂਕ ਯੂ ਸੋ ਮੱਚ. ਥੈਂਕ ਯੂ ਸੋ ਮੱਚ. ਕੁਐਸਚਨਸ ਐਂਡ ਆਨਸਰਸ ਪਲੀਜ਼. ਕੁਐਸਚਨਸ ਐਨੀਵਨ? ਐਨੀਵਨ ਫਾਰ ਦ ਕੁਐਸਚਨਸ? ਹੈਲੋ ਜੀ, ਇਹ ਜਿਸ ਤਰ੍ਹਾਂ ਨਾਮ ਲੌਂਗ ਲਾਚੀ ਨਾ ਕੁਛ ਟ੍ਰੈਡੀਸ਼ਨਲ ਪੰਜਾਬੀ ਇੱਕ ਈਡੀਅਮ ਦੇ ਉੱਤੇ ਬੇਸਡ ਹੈਗਾ ਨਾ, ਤਾਂ ਕਿਆ ਫਿਲਮ ਦੇ ਵਿੱਚ ਵੀ ਉਸ ਤਰ੍ਹਾਂ ਦੇ ਪੰਜਾਬੀਅਤ ਦੇ ਈਡੀਅਮ ਦੇ ਆਸ ਪਾਸ ਫਿਲਮ ਚੱਲਦੀ ਹੈ? ਜੀ ਬਿਲਕੁਲ, ਫਿਲਮ ਦੇ ਹਿਸਾਬ ਨਾਲ ਹੀ ਨਾਮ ਰੱਖਿਆ ਗਿਆ ਕਿਉਂਕਿ ਉਹ ਜਿਹੜੇ ਕਰੈਕਟਰ ਨੇ ਉਹ ਐਕਚੁਅਲੀ ਲੌਂਗ ਲਾਚੀ ਜਿਹੜੀ ਖੁਸ਼ਬੂ ਹੈ ਉਹਨਾਂ ਦੋਨਾਂ 'ਚ ਉਹੋ ਜਿਹੇ ਰਿਲੇਸ਼ਨਸ਼ਿਪ 'ਚ ਉਹੋ ਜਿਹੀ ਖੁਸ਼ਬੂ ਹੈ. ਸੋ ਬਿਲਕੁਲ ਤੁਹਾਨੂੰ ਲੌਂਗ ਲਾਚੀ ਜਿੰਨਾ ਪਿਆਰ ਹੀ ਮਿਲੇਗਾ. ਬੜਾ ਨਿਊਟਰਲ ਸਵਾਲ ਆ, ਮੇਰੇ ਘਰ ਸਾਰੀ ਦੁਨੀਆ 'ਚ ਪੁੱਛਿਆ ਜਾਂਦਾ ਵੀ ਫਿਲਮ 'ਚ ਮੈਸੇਜ ਕੀ ਹੈ, ਉਹ ਭਾਅ ਜੀ ਦੱਸੋ. ਅਸੀਂ ਆਪ ਤੁਸੀਂ ਸਵਾਲ ਜਵਾਬ ਕਰ ਲੈਣੇ. ਨਹੀਂ ਐਕਚੁਲੀ ਮੈਸੇਜ ਕੋਈ ਮਤਲਬ ਫਿਲਮ ਐਂਟਰਟੇਨਮੈਂਟ ਦਾ ਸਾਧਨ ਹੈ, ਕੱਲ੍ਹ ਨੂੰ 9 ਮਾਰਚ ਰਿਲੀਜ਼ ਹੋ ਜਾਣੀ ਹੈ ਔਰ ਮੈਸੇਜ ਸਿਰਫ ਇੰਨੇ ਹੀ ਕਿ ਜਿਹੜੀਆਂ ਖੁਸ਼ੀਆਂ ਨੇ ਮਤਲਬ ਅਸੀਂ ਆਪਣੇ ਵੱਲੋਂ ਦੇ ਰਹੇ ਹਾਂ ਕਿ ਜਿਹੜੀਆਂ ਖੁਸ਼ੀਆਂ ਨੇ ਉਹ ਜ਼ਰੂਰੀ ਨਹੀਂ ਕਿ ਖਰੀਦੀਆਂ ਜਾ ਸਕਦੀਆਂ, ਬਹੁਤ ਮਿਹਨਤ ਕਰਨੀ ਪੈਂਦੀ ਇਹਨਾਂ ਵਾਸਤੇ ਜਾਂ ਬੜਾ ਲੰਬਾ ਟਾਈਮ ਵੇਟ ਕਰਨੀ ਪੈਂਦੀ ਖੁਸ਼ੀਆਂ ਵਾਸਤੇ. ਮੈਸੇਜ ਇਹੀ ਹੈ ਕਿ ਖੁਸ਼ੀਆਂ ਤੁਹਾਡੇ ਅੰਦਰ ਨੇ, ਬਹੁਤ ਛੋਟੀ ਜਿਹੀ ਗੱਲ ਤੋਂ ਖੁਸ਼ ਹੋ ਸਕਦੇ ਹੋ, ਖੁਸ਼ੀਆਂ ਆਸ ਪਾਸ ਨੇ. ਸੋ ਇੱਕ ਹਸਬੈਂਡ ਵਾਈਫ ਹੈ, ਉਹਨਾਂ ਦਾ ਚਾਅ ਆ, ਉਹਨਾਂ ਦੀ ਅਰੇਂਜ ਮੈਰਿਜ ਹੋਈ ਹੈ ਔਰ ਉਹਨਾਂ ਦਾ ਬੜਾ ਸੁਪਨਾ ਸੀਗਾ ਵਾਈਫ ਦਾ ਜਿਹੜਾ ਕਿ ਵਿਆਹ ਤੋਂ ਪਹਿਲਾਂ ਪਿਆਰ ਹੁੰਦਾ. ਸੋ ਆਪਣਾ ਚਾਅ ਜਿਹੜਾ ਹੈ ਆਪਣੇ ਹਸਬੈਂਡ ਦਾ ਪੂਰਾ ਕਰਦੀ ਹੈ, ਅਜਨਬੀ ਬਣ ਜਾਂਦੇ ਦੋਨੋਂ, ਫਿਰ ਉਹ ਕਿੱਦਾਂ ਦੀਆਂ ਮਿੱਠੀਆਂ ਮਿੱਠੀਆਂ ਸ਼ਰਾਰਤਾਂ ਆ
ਖੂਬਸੂਰਤ ਮੂਮੈਂਟਸ ਆ, ਸੋ ਜੀਣ ਲੱਗ ਜਾਂਦੇ ਆ, ਸੋ ਉਹ ਇਹਨਾਂ ਨੂੰ ਇੰਜੋਏ ਕਰਨ ਲੱਗ ਜਾਂਦੇ। ਸੋ ਬੇਸਿਕਲੀ ਇਹ ਮੈਸੇਜ ਹੈ ਕਿ ਖੁਸ਼ੀਆਂ ਜਿਹੜੀਆਂ ਨੇ ਉਹ ਤੁਹਾਡੇ ਦਿਲਾਂ 'ਚ ਹੈ, ਤੁਸੀਂ ਇੰਜੋਏ ਕਰ ਸਕਦੇ। ਸਵਾਲ ਕਰੇਗਾ ਤੁਹਾਡੇ ਕੋਲ ਜਾਣਕਾਰੀ ਸਰ, 9 ਮਾਰਚ ਦੀ ਡੇਟ ਦੱਸੋ ਕਿਹੜੀ ਸਰ, ਕਰ ਲਿਆ ਜੀ। ਹਾਂਜੀ ਭਾਈ, ਹਾਂਜੀ ਕਰੋ, ਹਾਂਜੀ ਆਓ ਜੀ, ਠੀਕ ਨਹੀਂ ਅਨਿਲ ਹਾਂਜੀ, ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ, ਅਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ, ਜਿੰਨੇ ਵੀ ਸਾਨੂੰ ਤੁਸੀਂ ਦਿੰਦੇ ਪਏ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ, ਤੁਸੀਂ ਆਪਣੇ ਵੱਲ ਤੱਕ ਕਿਉਂਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ, ਅਤੇ ਫਿਲਮ ਸਾਡੀ ਸਵੇਰੇ ਰਿਲੀਜ਼ ਹੋ ਜਾਣੀ ਹੈ ਜੀ ਨੌਕਰਾਂ 'ਚ, ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਇਹ ਫਿਲਮ ਪਸੰਦ ਆਊਗੀ, ਜਿਵੇਂ ਅਸੀਂ ਅੰਗਰੇਜ਼ ਤੋਂ ਲੈ ਕੇ ਜਿੰਨੀਆਂ ਵੀ ਅਸੀਂ ਫਿਲਮਾਂ ਕੀਤੀਆਂ ਭਾਜੀ ਨਾਲ ਵੀ, ਸੋ ਫਿਲਮ ਦੇ ਵਿੱਚ ਮੈਨੂੰ ਚਾਅ ਹੀ ਬਹੁਤ ਸੀ ਵੀ ਸਾਨੂੰ ਦੋਨੋਂ ਨਹੀਂ ਸੀ ਕਿ ਅਸੀਂ ਇੰਨੀ ਰਿਜਲਟ ਫਿਲਮ ਕਰਦੇ ਹੋਏ, ਤੁਹਾਨੂੰ ਬਹੁਤ ਜ਼ਿਆਦਾ ਚਾਅ ਸੀ, ਸਾਡਾ ਚਾਅ ਵੀ ਪੂਰਾ ਹੋਇਆ ਅਤੇ ਕੈਮਿਸਟਰੀ ਬਹੁਤ ਜ਼ਿਆਦਾ ਵਧੀਆ ਲੱਗੀ ਫਿਲਮ ਦੇ ਵਿੱਚ, ਇਹਨਾਂ ਦੋਨਾਂ ਦੀ ਸੋ ਬਹੁਤ ਜਿਹੜੀ ਸੀ ਮਤਲਬ ਜਿਹੜੀ ਸੀ ਸੱਚਾਈ ਦੱਸ ਰਹੇ ਅਤੇ ਤੁਹਾਨੂੰ ਫਿਲਮ ਸਾਰੇ ਬਹੁਤ ਜ਼ਿਆਦਾ ਪਸੰਦ ਆਊਗੀ, ਅਤੇ ਸਾਰਾ ਪਰਿਵਾਰ ਜਾ ਕੇ ਦੇਖ ਕੇ, ਅਤੇ ਜੇ ਥੋੜ੍ਹੇ ਬਿਜ਼ੀ ਹੁੰਦੇ ਪਹਿਲਾਂ ਪਰਿਵਾਰ ਤੱਕ ਤੁਹਾਨੂੰ ਘਰ ਤੋਂ ਬਾਹਰ ਪੁੱਛ ਲਓ, ਜਵਾਕਾਂ ਦੇ ਪੇਪਰ ਚੱਲਦੇ ਨੇ ਪਹਿਲਾਂ ਆਪ ਜਾਓ ਬਾਕ ਛੱਡ ਕੇ ਜਾ ਰਹੇ ਹੋ, ਅਤੇ ਆਈ ਲਵ ਯੂ ਅਮੀ ਭਾਈ, ਤੁਹਾਡਾ ਰੋਲ ਕੀ ਹੈ ਫਿਲਮ ਦੇ ਵਿੱਚ? ਸਰ ਬੜੀ ਖੁਸ਼ੀ ਫਲੈਸ਼ ਮੇਰੇ ਅੱਖੇ ਪਾੜੀ ਆਪਣੀ ਦੇ ਸੌਂਗ ਕਿੱਦਾਂ ਗਿਆ ਮੈਂ, ਅਤੇ ਕਰੈਕਟਰ ਦਾ ਮੇਰੇ ਨਾਮ ਹੈ ਭਾਅ ਜੀ ਅਜੇ ਪਾਲ ਸਿੰਘ, ਅਤੇ ਇੱਕ ਜਿਵੇਂ ਮੈਂ ਤੁਹਾਨੂੰ ਜਿਵੇਂ ਮੇਨ ਹੀਰੋ ਹੈ, ਮੇਨ ਹੀਰੋ ਅਤੇ ਉਹਦੇ 'ਚ ਸਾਡੇ ਦੋਨਾਂ ਮੇਨ ਹੀਰੋ ਕੋਈ ਨਹੀਂ ਸੁਣਦੀ ਜੋ ਲੌਂਗ ਲਾਚੀ ਟਾਈਟਲ ਹੈ ਉਹਦੇ ਉੱਤੇ ਥੋੜ੍ਹਾ ਜਿਹਾ ਰੋਸ਼ਨ ਪਾਓ, ਇਸ ਕਿਆ ਸੋਚ ਕੇ ਲੌਂਗ ਲੱਗੀ ਪਾਇਆ? ਬੇਸਿਕਲੀ ਜਿਵੇਂ ਆਈਡੀਆ ਸੀਗਾ ਜੀ ਫਿਲਮ ਦਾ ਭਾਅ ਜੀ ਕੋਲ 3-4 ਸਾਲ ਪਹਿਲਾਂ ਦਾ ਸੀਗਾ, ਅਤੇ ਫਿਰ ਉਸ ਤੋਂ ਬਾਅਦ 2 ਸਾਲ ਹੋ ਗਏ ਮੇਰੇ ਨਾਲ ਗਾਣਾ ਸੁਣਦੇ ਨੂੰ, ਲੌਂਗ ਲਾਚੀ ਹਰਮਨ ਵੀਰੇ ਨੇ ਗਾਣਾ ਲਿਖਿਆ ਜੀ ਲੌਂਗ, ਅਤੇ ਬਹੁਤ ਹੀ ਇੱਕ ਬਾਗ ਮਾਲ ਕਰਨ ਦਾ ਇੱਕ ਬਹੁਤ ਹੀ ਜ਼ਿਆਦਾ ਜਿੰਨੇ ਵੀ ਫਿਲਮ ਦੇ ਗਾਣੇ ਕਰੇ ਨੇ ਜਾਂ 5-4 ਲੌਂਗ ਲਾਚੀ ਹੈ, ਇੱਕ ਸ਼ੀਸ਼ਾ ਗਾਣਾ ਹੈ, ਅਤੇ ਬਹੁਤ ਹੀ ਬਾਗ ਮਾਲ ਰਾਈਟਰ ਹੈ, ਅਤੇ ਕਲੀ ਛੋਟਾ ਗਾਣਾ ਵੀ ਇਹਨਾਂ ਨੇ ਲਿਖਿਆ ਸੀ, ਰਾਣੀ ਤੱਤੋਂ ਦੀ ਕਿਤਾਬ ਆਈ ਹੈ, ਅਤੇ ਉਹਨੇ ਗਾਣਾ ਲਿਖਿਆ ਸੀ ਲੌਂਗ ਲਾਚੀ ਟਾਈਟਲ ਟਰੈਕ, ਭਾਅ ਜੀ ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜੇ ਕਰੈਕਟਰਸ ਨੇ ਬੇਸਿਕਲੀ ਦੋਨੇ ਪੂਰਾ ਕਰੈਕਟਰ ਨੇ, ਇਹਨਾਂ ਦੇ ਪਿਆਰ ਦੀ ਝਲਕ ਆਪਸ ਦੇ ਵਿੱਚ ਲੌਂਗ ਅਤੇ ਲਾਚੀ, ਇਸੇ ਗਾਣੇ ਤੋਂ ਹੀ ਆਈਡੀਆ। ਅਤੇ ਭਾਅ ਜੀ ਜੋ ਟਰੈਂਡ ਇਸ ਫਿਲਮ 'ਚ ਜੋ ਟ੍ਰੇਲ 'ਚ ਅਸੀਂ ਦੇਖਿਆ ਜੋ ਦਿਖਾਇਆ ਜਾ ਰਿਹਾ, ਤਾਂ ਕੀ ਮੰਨਦੇ ਹੋ ਕਿ ਪੰਜਾਬ ਦੇ ਪਿੰਡਾਂ 'ਚ ਇਹੋ ਜਿਹਾ ਟਰੈਂਡ ਆ ਚੁੱਕਿਆ ਹੈ ਜਾਂ ਨਹੀਂ ਆਇਆ, ਅਤੇ ਇਹ ਫਿਲਮ ਕਿੱਥੇ ਤੱਕ, ਕਿਉਂਕਿ ਯੂਥ ਹਮੇਸ਼ਾ ਸਿਨੇਮਾ ਯੂਥ ਦਾ ਆਈਕਨ ਰਿਹਾ, ਇਹ ਕਿੱਥੇ ਤੱਕ ਤੁਹਾਡਾ? ਇਹ ਜਿਵੇਂ ਭਾਅ ਜੀ ਨੇ ਪਹਿਲਾਂ ਦੱਸਿਆ ਵੀ ਇੱਕ ਖੁਸ਼ੀਆਂ ਜਿਹੜੀਆਂ ਆਪਾਂ ਵੇਟ ਕਰਦੇ ਹਾਂ ਵੀ ਅੱਜ ਆਪਾਂ ਖੁਸ਼ੀਆਂ ਵੇਟ ਕਰਾਂਗੇ, ਹਾਂ ਕੱਲ੍ਹ ਨੂੰ ਪੇਮੈਂਟ ਆਉਂਦੀ ਹੈ ਕਿੱਥੋਂ, ਅਤੇ ਕੱਲ੍ਹ ਨੂੰ ਖੁਸ਼ੀਆਂ ਨੂੰ ਲਵਾਂਗੇ ਜਾ ਕੇ, ਖੁਸ਼ੀਆਂ ਤੁਸੀਂ ਮੌਕੀਆਂ ਵੀ ਕ੍ਰੀਏਟ ਕਰ ਸਕਦੇ, ਹੱਸਣਾ ਹੀ ਹੈ, ਹੱਸਣਾ ਕਿਹੜਾ ਆਪਾਂ ਪੈਸੇ ਨਾਲ, ਅਤੇ ਉਹ ਅੱਜ ਵੀ ਹੱਸ ਸਕਦੇ ਹਾਂ, ਅਤੇ ਪਰਿਵਾਰ ਵੀ ਆਪਣਾ ਘਰ ਦੇ ਵਿੱਚ ਐਂਟਰਟੇਨਮੈਂਟ, ਉਹ ਇਕੱਲੀਆਂ ਉਹ ਫਿਲਮਾਂ ਵੇਖ ਕੇ ਜਾਂ ਉਹ ਫਸਲ ਸਿੱਟ ਕੇ ਨਹੀਂ ਹੱਸਦੇ, ਵੈਸੇ ਵੀ ਆਪਣਾ 6 ਮਹੀਨੇ ਫਸਲ 'ਤੇ ਚੜ੍ਹਦੇ ਰਹੇ, 6 ਮਹੀਨੇ ਬਾਅਦ ਵੀ ਜਾ ਕੇ ਫਸਲ ਸਿੱਟਦੇ, ਕਿਤੇ ਚਾਹ ਚੜ੍ਹਦਾ ਜਾਂ ਹਾੜੀ ਸੋਹਣੀ ਤਾਂ ਨਹੀਂ ਹੱਸਦੇ ਸਾਰਾ ਸਾਲ, ਕਿਤੇ ਵੀ ਬੰਦਾ ਕਿਸੇ ਵੀ ਮੂਮੈਂਟ 'ਤੇ ਕਿਤੇ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਕ੍ਰੀਏਟ ਕਰ ਸਕਦਾ, ਅਤੇ ਖੁਸ਼ ਹੈ। ਅਤੇ ਨੀਰੂ ਬਾਜਵਾ ਜੀ ਤੁਹਾਡਾ ਆਪਣਾ ਜੋ ਰੋਲ ਰਿਹਾ ਉਹਦੇ ਉੱਤੇ ਥੋੜ੍ਹਾ ਜਿਹਾ ਜਾਣਨ ਪਾਓ। ਅਸੀਂ ਤਾਂ ਅਸੀਂ ਦੋਨੇ ਜਣੇ ਸੱਚ ਦੱਸ ਰਹੇ ਹਾਂ, ਬਾਕੀ ਤੁਸੀਂ ਕੱਲ੍ਹ ਫਿਲਮ ਦੇ ਵਿੱਚ ਜਾ ਕੇ ਵੇਖੋਗੇ, ਡੈਫੀਨੇਟਲੀ ਤੁਸੀਂ ਵੀ ਸਾਰੇ ਇਹ ਕਹੋਗੇ ਵੀ ਨੀਰੂ ਜੀ ਦਾ ਸਭ ਤੋਂ ਬੈਸਟ ਐਕਟਰ ਸੀ ਅੱਜ ਤੱਕ। ਬਿਲਕੁਲ, ਬੜਾ ਬੱਚਾ ਮਾਂ ਵੀਰ ਕਿਤੇ ਉਹਨਾਂ ਨੇ ਕਿ ਨਹੀਂ ਮੈਨੂੰ ਦੱਸੋ ਮੈਂ ਕਰਨਾ, ਮੈਂ ਇੱਦਾਂ ਕਰਨਾ, ਸਾਨੂੰ ਲੱਗਦਾ ਸੀ ਵੀ ਨਹੀਂ ਕਿੱਦਾਂ ਕਹਾਂਗੇ ਨਾ, ਚਾਰਟਿਸਟ ਨੇ ਆਲਰੇਡੀ ਅਤੇ ਉਹਨਾਂ ਨੂੰ ਕਹਿਣਾ ਕਿ ਬੜਾ ਔਖਾ ਲੱਗਦਾ ਸੀ ਵੀ ਦੁਬਾਰੇ ਕਰੋ,
ਬਹੁਤ ਬਹੁਤ।